ਉਹ ਮੈਂ ਦੇਖ ਲਿਆ ਉਹ ਬਥੇਰਾ ਸੋਹਣਾ ਲੱਗਦਾ ਗਾ ਟੌਪ ਹੈ चलो बहुत है जे बाली गुड़ी ला ली ना भूआ ने देख ली तो मेरी जान ही कट लूगी तो नहीं मान है जो देखे ना उथे कॉलेज वगैरह जाके इनिया सोहनिया सोहनिया कुड़िया बन के आउंदियां ने चल सिर भी बाल यार। हां जी भुआ जी हो गई तैयार कुड़े आके जरूस खाना दा कड्या तै की भुआ जी नहीं तू सूट पाके जा मैनू तेरी आ सुथण जी चंगी लगदी भुआ बन के दिखी अज दा दिन पा लैण दे देखिए सारियां कुड़ियां पैंट शर्ट भी पाके आउंदियां ने मैं तां कदे ओह भी नहीं पाई हैगी ना कुड़ियां तां खुच दिखणगियां तां उहनां नगर लगे खुच दिखणा ਨਾਲੇ ਮੇਰੀ ਗੱਲ ਸੁਣ ਲੈ ਮੈਂ ਨਹੀਂ ਆ ਜੁੰਡੇ ਦੇ ਚਲਦੀ ਖੁੱਲੇ ਗੁੱਤ ਕਰ ਲੈ ਸਿੱਧੀ ਹੋ ਕੇ ਭੂਆ ਜੀ ਆ ਮੈਨੂੰ ਨਾ ਦੀਪ ਨੇ ਕਿਹਾ ਸੀਗਾ ਕਹਿੰਦੀ ਤੂੰ ਕੱਲ ਨੂੰ ਖੁੱਲੇ ਵਾਲ ਛੱਡ ਕੇ ਆਈ ਉਹ ਵੀ ਖੁੱਲੇ ਵਾਲ ਛੱਡ ਕੇ ਆਉਗੀ ਅੱਜ ਨਹੀਂ ਤੂੰ ਦੀਪ ਦੇ ਮਗਰ ਨਾ ਲੱਗ ਉਹ ਤੇਰੇ ਛਿੱਤਰ ਪਾ ਕੇ ਰੱਖ ਦੂਗੀ ਕਿਤੇ ਮੈਨੂੰ ਚੜਿਆ ਨਾ ਗੁੱਸਾ ਮੈਂ ਤੇਰੇ ਜੁੰਡੇ ਦੇ ਪੱਟ ਦੂੰਗੀ ਚਲ ਭੂਆ ਜੀ ਰਬੜ ਬੈਂਡ ਪਾ ਲੈਣੀ ਆ ਰਬੜ ਬੈਂਡ ਪਾ ਲੈ ਆਹੋ ਕੋਈ ਆਵਾਜ਼ਾਂ ਮਰੀ ਜਾਂਦੀ ਭੂਆ ਜੀ ਸੁਣੋ ਨਾਲੇ ਆ ਸੁਰਖੀ ਸਰਖੀ ਜੀ ਲਾ ਦੇ ਭਾਈ ਨਹੀਂ ਫਿਰ ਦੇਖ ਲੈ ਉਹ ਕਰੂੰ ਤੇਰੇ ਨਾਲ ਜਿਹੜੀ ਨਾ ਕਰਨੀ ਹੋਵੇ ਠੀਕ ਹੈ ਭੂਆ ਜੀ ਮੈਨੂੰ ਨਹੀਂ ਇਹਨਾਂ ਮੇਕਅਪ ਜਾਂ ਤੇਰਾ ਚੰਗਾ ਲੱਗਦਾ ਸਿੰਪਲ ਸੂਟ ਪਾ ਕੇ ਜਾਇਆ ਕਰ ਠੀਕ ਹੈ ਭੂਆ ਜੀ ਕਾਲ ਜਾਂਦੇ ਲਈ ਸਰੀਸਾਂ ਕਰਦੀ ਆ ਇਹ ਹਾਂ ਮੈਨੂੰ ਤਾਂ ਐ ਸੀਗਾ ਉਹਨੇ ਇੰਨੇ ਪਿਆਰ ਨਾਲ ਲਿਆ ਕੇ ਦਿੱਤਾ ਸੀਗਾ ਇਹ ਟੌਪ ਮੇਰੀ ਭੂਆ ਵੀ ਨਾ ਰਾਬੜ ਬੈਣ ਪਾਉਣਾ ਜੀ ਆ ਜਾ ਆਪਣੇ ਘਰੀ ਆ ਹੋਰ ਦੱਸ ਠੀਕ ਆ ਭਣੇ ਮੈਂ ਤਾਂ ਭਣੇ ਪੌੜੀਆਂ ਤੋਂ ਉਰੜ ਗਈ ਹਾਏ ਮੈਂ ਮਰ ਜਾ ਹੋਰ ਗਿੱਟਾ ਮੁੱਸ ਗਿਆ ਬੂ ਤੇ ਪੌੜੀਆਂ ਤੇ ਤੂੰ ਕੀ ਕੋਠ ਤੇ ਕਰਨ ਚੜਦੀ ਹੁੰਦੀ ਭਣੇ ਕੱਪੜੇ ਪਾਉਣ ਚੜਦੀ ਸੀਗੀ ਚੱਲ ਕੋਈ ਨਾ ਮੈਨੂੰ ਵੀ ਜਾਦੇ ਕਾਲੀਆਂ ਲੈ ਬਹਿ ਜਾ ਫਿਰ ਮੈਂ ਤੇਰਾ ਗਿੱਟਾ ਦੇਖ ਲੈਣੀ ਆਗੀ ਮੈਨੂੰ ਤਾਂ ਖਿਆਲੇ ਤੋਂ ਫੋਨ ਆ ਗਿਆ ਕੋਈ ਮਰੀਜ਼ ਦੇਖਣ ਜਾਣਾ ਹੈਗਾ ਲੈ ਕਰ ਬੋਚ ਕੇ ਜਿੰਦਰ ਸਿੱਧੀ ਜੀ ਪੈ ਜਾ ਭਣੇ ਕਿਹੜਾ ਗਿੱਟਾ ਆਹੀ ਆ ਹਾਂ ਹਾਏ ਨਹੀਂ ਪਾਣੇ ਬੋਲ ਪਤਾ ਨਹੀਂ ਕੀ ਹੋ ਗਿਆ ਨਹੀਂ ਪੜ ਜਾ ਖੜ ਜਾ ਕਰ ਮੇਰੀ ਗੱਲ ਸੁਣ ਲੈ ਕੇਰਾ ਤਾਂ ਮੜੀ ਤਕਲੀਫ ਆ ਕੱਲੀ ਸਿਰ ਤੇ ਕੰਮ ਆ ਸਾਰਾ ਕੀ ਕਰਾਂ ਮੈਂ ਬਸ ਮੈਂ ਤਾਂ ਅਗਲ ਧੰਦਿਆ ਨਹੀਂ ਲੈ ਲਈ ਖੜ ਜਾ ਖੜ ਉੱਤੇ ਲਾ ਛੱਡ ਦੇ ਪੈਰ ਢਿੱਲਾ ਛੱਡ ਦੇ ਜਮਾ ਨਾ ਡਰ ਕੋਈ ਗੱਲ ਨਹੀਂ ਮੇਰਾ ਰੋਜ਼ ਦਾ ਹੀ ਕੰਮ ਹੈ ਕਿਹੜਾ ਕੋਈ ਆਏ ਹਾਏ ਹਾਏ ਨਹੀਂ ਪਾਣੇ ਜਾ ਨਹੀਂ ਕੱਢਤੀ ਨਹੀਂ ਪਾਣੇ ਪੜਾਕਾ ਪੈ ਗਿਆ ਗਿੱਟੇ ਦਾ ਜਿਉਂਦੀ ਬਸ ਕੀ ਰਹਿ ਨਹੀਂ ਪਾਣੇ ਆ ਲੈ ਮੇਰੀ ਗੱਲ ਸੁਣ ਲੈ ਇਹ ਤੇ ਨਾ ਇੱਕ ਪਾਸੇ ਕੱਚੀ ਰੋਟੀ ਬਨ ਲਈ ਪਕਾ ਕੇ ਇੱਕ ਪਾਸੇ ਉਹਦੇ ਤੇਲ ਲਾਉਣਾ ਇੱਕ ਪਾਸਾ ਰੜਨਾ ਰੋਟੀ ਦਾ ਇੱਕ ਪਾਸੇ ਲਾਉਣਾ ਮੜ ਜਾ ਤੇਲ ਇਹ ਹੱਥ ਨੇ ਮੜ ਜਾ ਇਹ ਲੇਪ ਕਰ ਲਈ ਤੇ ਤੜਕੇ ਫੇਰ ਆ ਜੀ ਮੇਰੇ ਕੋਲੇ ਠੀਕ ਹੈ ਨੀ ਹਾਂ ਆ ਲੈ ਪਾਲੀ ਮਾਸੀ ਪਾਲੀ ਕਰੀਆ ਪੁੱਤ ਹੋ ਗਈ ਤਿਆਰ ਹਾਂ ਤਿਆਰ ਹੀ ਆ ਉਹ ਤਾਂ ਅੰਦਰ ਵਗ ਜਾ ਲੈ ਭੈਣੇ ਹੁਣ ਤੂੰ ਬੋਚ ਕੇ ਜੇ ਨਾ ਇਹ ਤਾਂ ਤੇਰੇ ਮੌਸ ਪੈ ਗਈ ਸੀਗੀ ਊ ਕੋਈ ਡਰਨ ਵਾਲੀ ਗੱਲ ਨਹੀਂ ਠੀਕ ਹੈ ਤੜਕੇ ਮੇਰੇ ਕੋਲ ਫੇਰ ਆ ਜੀ ਜਿਵੇਂ ਮੈਂ ਤੈਨੂੰ ਦੱਸਿਆ ਓਵੇਂ ਕਰ ਲਈ ਹੱਥ ਨੇ ਰੋਟੀ ਜ਼ਰੂਰ ਬੰਨਣੀ ਆ ਹਾਂ ਨਾਲ ਤੈਨੂੰ ਪਤਾ ਹੀ ਆ ਤੇਰੀ ਭਤੀਜੀ ਇੱਥੇ ਪੜਦੀ ਹੈ ਹਜੇ ਹਾਂ ਇੱਥੇ ਪੜਦੀ ਹੈ ਭੈਣੇ ਟਾਈਮ ਮਾੜਾ ਅੱਜ ਕੱਲ ਦਾ ਤੂੰ ਇਹਨੂੰ ਤੋਰ ਦੇ ਚੱਲ ਕੋਈ ਨਾ ਆਹੀ ਸਾਲ ਦੀ ਭੈਣੇ ਪੜਾਈ ਰਹਿ ਗਈ ਇਹਦੀ ਆ ਤਾਂ ਸਾਲ ਮੈਂ ਕਰਾਉਂਗੀ ਕਰਾਉਂਗੀ ਵੈਸੇ ਗੱਲ ਕਰੀਏ ਮੈਂ ਕਹਾ ਦੇਖਦੇ ਰਹਿੰਦੇ ਕੁੜੀਆਂ ਨੂੰ ਲੰਘਦੇ ਟੱਪਦੀਆਂ ਨੂੰ ਆ ਸਾਰਾ ਦਿਨ ਕੋਲੇ ਕਾਲ ਜਾ ਤਾਂ ਕਰ ਦੇਖਦੇ ਆਪਾਂ ਤਾਂ ਭੈਣੇ ਸਾਰੇ ਤੈਨੂੰ ਪਤਾ ਹੀ ਆ ਸਾਰੇ ਕੋਈ ਤਾਂ ਨਹੀਂ ਇੱਕੋ ਜੀ ਹੁੰਦੇ ਮੈਂ ਤਾਂ ਦੇਖਦੀ ਰਹਿੰਦੀ ਹਾਂ ਤਾਂ ਕਹਤਾ ਮੈਂ ਕਿਹਾ ਭਤੀਜੀ ਹੈ ਤੇਰੀ ਚੱਲ ਵੀ ਆਪਦੀ ਹਾਂ ਹਾਂ ਜੇ ਕੋਈ ਸਾਥ ਤੇ ਪੜ੍ਹਾਈ ਕਰ ਲੂਗੀ ਤਾਂ ਵਧੀਆ ਹੁਣ ਵੀ ਕੁਛ ਕਦੋਂ ਦੀ ਆਈ ਬੈਠੀ ਚੁੱਪ ਕਰੀ ਕੀ ਬੋਲਾਂ ਲੇਕਿ ਮਸਾ ਇੰਨੇ ਚੌ ਨਾਲ ਅੱਜ ਪਾਇਆ ਸੀਗਾ ਟੌਪ ਜਾਂ ਇਹਦੇ ਨਾਲ ਖੁੱਲੇ ਵਾਲ ਸੋਹਣੇ ਲੱਗਦੇ ਨਾ ਆਪੂ ਵਾਲੇ ਖੁੱਲੇ ਵਾਲ ਵੀ ਛੱਡਣ ਦਿੱਤੇ ਲੈ ਅੱਛਾ ਇਹ ਤਾਂ ਉਹੀ ਹੈ ਜਿਹੜਾ ਬੋਜੀ ਲੈ ਕੇ ਹਾਂ ਸੋਹਣਾ ਲੱਗਦਾ ਸੱਚੀ ਤੇ ਖੁੱਲੇ ਕਿਉਂ ਨਹੀਂ ਛੱਡੇ ਤੂੰ ਤੈਨੂੰ ਪਤਾ ਤਾਂ ਹੈਗਾ ਮੇਰੀ ਭੂਆ ਦਾ ਨਹੀਂ ਪਤਾ ਨਹੀਂ ਕਿ ਮਿਰਚਾਂ ਖਾ ਕੇ ਜੰਮੀ ਆ ਉਹ ਸਾਰਾ ਦਿਨ ਦੇਖੀ ਐਂ ਕਰਦੀ ਮੇਰੀ ਮੰਮੀ ਦੀ ਪਤਾ ਹੀ ਨਹੀਂ ਬਣਦੀ ਭੈਣੇ ਮਾਸੀ ਨਾਲ ਚਲ ਵਧੀਆ ਇਹ ਤਾਂ ਦੂਰ ਹੀ ਚੰਗੀ ਆ ਮੈਨੂੰ ਤਾਂ ਆਪ ਆਇਆ ਪਤਾ ਨਹੀਂ ਕਦੋਂ ਮੇਰਾ ਹਾਲੇ ਤੁਰੀਆਂ ਨਹੀਂ ਭਾਈ ਤੁਸੀਂ ਬਸ ਮਸੀ ਇਹ ਕਹਿੰਦੀ ਇੱਕ ਅੱਧਾ ਪਰੌਂਠਾ ਖਾ ਲਈਏ ਮੈਂ ਕਿ ਚਲ ਖਾ ਲਾ ਅੱਛਾ ਅੱਛਾ ਇਹ ਤਾਂ ਬਾਲੇ ਜਲੇ ਜਲੇ ਕਰਦੀ ਆ ਤੇ ਇਹ ਤਿਆਰ ਹੁੰਦੀ ਹੋਰ ਹੀ ਬਸ ਮੈਨੂੰ ਕਈ ਆਨੇ ਆ ਲੇਟ ਹੋ ਗਿਆ ਪਹਿਲੇ ਹੋਰ ਤੇ ਆ ਦੇਖ ਲੈ ਕੁੜੀ ਦੇ ਕਿੰਨਾ ਸੋਹਣਾ ਲੱਗਦਾ ਪੰਜਾਬੀ ਸੂਟ ਪਾਇਆ ਤੇ ਆ ਗੁੱਤ ਵੀ ਕਰੀ ਕਿੰਨੀ ਸੋਹਣੀ ਲੱਗਦੀ ਆ ਐਂ ਪੁੱਤੇ ਨੂੰ ਮੈਂ ਕਹਿੰਦੀ ਹੁੰਨੀ ਆ ਵੀ ਗੁੱਤ ਸੋਹਣੀ ਲੱਗਦੀ ਹੈਗੀ ਨਹੀਂ ਨਹੀਂ ਭੂਆ ਜੀ ਇਹਨੇ ਮੈਨੂੰ ਐਂ ਕਿਹਾ ਸੀ ਵੀ ਖੁੱਲੇ ਵਾਲ ਛੱਡ ਕੇ ਆਈ ਮੈਂ ਤੈਨੂੰ ਕਦੋਂ ਕਿਹਾ ਸੀ ਨਹੀਂ
ਤੂੰ ਹੀ ਤਾਂ ਕਿਹਾ ਸੀ ਕੱਲ ਮੈਨੂੰ। ਹਾਂ ਹਾਂ ਭੋਈ ਉਹ ਤਾਂ ਮੈਂ ਕਹਿਤਾ ਸੀ, ਮੈਂ ਕਿਹਾ ਚੱਲ ਇਹੋ ਜਿਹੇ ਕੱਪੜਿਆਂ ਨਾਲ ਨਾ ਕਦੇ ਕਦੇ ਖੁੱਲੇ ਸੋਹਣੇ ਲੱਗਦੇ। ਅੱਜ ਨਾ ਸਾਡੇ ਉੱਥੇ ਫੋਟੋਆਂ ਕਰਨੀਆਂ ਨੇ ਸਾਰਿਆਂ ਦੀ ਨਾ ਤਾਂ ਕਰਕੇ, ਪਾਰਟੀ ਦਾ ਕਰਕੇ ਨਾ ਤਾਂ ਕਰਕੇ। ਚਲੋ ਚੱਲੀਏ ਦੀਪੋ, ਮੇਰੀ ਗੱਲ ਸੁਣ ਲੈ, ਮੈਨੂੰ ਪਤਾ ਹੀ ਕਹਿੰਦੀ ਹੁੰਦੀ ਆ ਵੀ ਤੂੰ ਦੂਜਾ ਪੰਜਾਬੀ ਸੂਟ ਪਾ ਕੇ ਜਾ ਕਰ ਦੇਖ। ਹਾਂ ਜੀ ਸੋਹਣਾ ਲੱਗਦਾ ਗਾ। ਕੋਈ ਨਾ ਕੋਈ ਨਾ ਕੋਈ ਆ ਕੱਲ ਸੂਟ ਹੀ ਪਾ ਕੇ ਲੈ ਜਾ। ਆ ਪਤਾ ਨਹੀਂ ਇਹਨੂੰ ਕਿਹਨੇ ਰਹਿ ਦਿੱਤੀ। ਨਾ ਕੋਈ ਨਹੀਂ, ਆ ਦੇਖ ਲੈ ਇੱਕ ਦੂਜੀ ਦੀ ਸਾਈਡ ਲੈਂਦੀਆਂ ਨੇ ਕੀ। ਕੋਈ ਗੱਲ ਨਹੀਂ, ਇਹ ਤਾਂ ਮੈਂ ਪੰਜਾਬੀ ਸੂਟ ਹੀ ਪਵਾਇਆ ਕਰੂੰਗੀ। ਪਾਉਂ ਤੈਨੂੰ ਮੈਂ ਪਜਾਮੀਆਂ ਸੁੱਥਣਾ ਜੀਆਂ, ਮੈਨੂੰ ਤਾਂ ਹੁਣ ਦਿਓ ਵਰਗੀਆਂ ਲੱਗਦੀਆਂ ਨੇ ਗੀਆਂ, ਆਪਣੀ ਮਨ ਮਰਜ਼ੀ ਨੀ ਮੈਂ ਤੇਰੀ ਚੱਲਣ ਦਿੰਦੀ। ਇੰਨਾ ਟਾਈਮ ਹੋ ਗਿਆ ਜਿਵੇਂ ਉਹ ਹਜੇ ਤੱਕ ਨੀ ਤੇਰੀ ਭਾਬੀ ਆਈ ਹੈਗੀ, ਪਤਾ ਨੀ ਕਿੱਥੇ ਬਹਿ ਗਈ। ਉਹ ਦੇਖ ਲੈ ਯਾਰ, ਤੂੰ ਡੇਲੀ ਡੇਲੀ ਨਾ ਆਹੀ ਕੰਮ ਹੁੰਦਾ ਤੇਰਾ, ਡੇਲੀ ਆਪਣੇ ਲੈਕਚਰ ਮਿਕਸ ਕਰਾਈ ਜਾਂਦਾ ਤੂੰ। ਉਹ ਤੈਨੂੰ ਲੈਕਚਰਾਂ ਦੀ ਪਈ ਆ, ਉਹ ਇੱਧਰ ਮੇਰੇ ਕਾਲਜੇ ਚ ਹੌਲ ਪੈ ਰਹੇ ਨੇ। ਉਹ ਨਾਲ ਇੱਕ ਗੱਲ ਹੋਰ, ਅੱਜ ਤੇਰੀ ਭਾਬੀ ਨੇ ਮੇਰੇ ਵਾਲਾ ਟੌਪ ਪਾ ਕੇ ਆਣਾ ਗਾ। ਉਹ ਤੂੰ ਟੌਪ ਨੰਬਰ ਹੋਈ ਜਾਂਦਾ ਜੇ ਘਰੇ ਫੋਨ ਵੱਗ ਗਿਆ, ਤੈਨੂੰ ਪਤਾ ਡੈਡੀ ਕਿਵੇਂ ਆ। ਵੜ ਦੂ ਤੈਨੂੰ ਡੈਡੀ ਪਿਆਰਾ ਹੋ ਗਿਆ ਹੁਣ, ਉਹ ਯਾਰੀ ਦੋਸਤੀ ਵੀ ਕੋਈ ਚੀਜ਼ ਹੁੰਦੀ ਹੈ। ਤਾਂ ਹੀ ਤਾਂ ਖੜਾ ਇੱਥੇ, ਯਾਰੀ ਦੋਸਤੀ ਦਾ ਲੱਗਿਆ। ਤੂੰ ਚੁੱਪ ਕਰਕੇ ਖੜਾ ਰਹਿ, ਇੱਧਰ ਦੇਖ ਆਉਂਦੀ ਹੋਊਗੀ ਕਿਤੇ। ਇੱਕ ਤਾਂ ਨਵੇਂ ਕੱਪੜੇ ਪਾਏ ਹੋਣੇ, ਮੇਰੇ ਤਾਂ ਛੇਤੀ ਸਿਆਣ ਚ ਹੀ ਨਹੀਂ ਆਉਣੀ। ਕੋਈ ਤੇਰੇ ਇਹ ਜੀ ਆਸ਼ਕੀ ਕਰਦਾ, ਤੇਰੇ ਸਿਆਣ ਚ ਵੀ ਨਹੀਂ ਆਉਣੀ। ਉਹ ਇੱਕ ਤਾਂ ਬੋਲਦਾ ਬਾਲਾ, ਦੇਖ ਲੈ ਭਰਾ ਉਹ ਆਉਂਦੀਆਂ ਨੇ ਮੈਨੂੰ, ਉਹ ਦੇਖਾਂ ਸੀ। ਆਸ਼ਾ ਨਹੀਂ ਮੇਰੇ ਘਰ ਕੋਈ ਨਸਵਾ ਨਹੀਂ ਨਾ ਬਾਲੀਆਂ ਸਾਲ, ਮੈਂ ਤਾਂ ਛੋਟੀ ਹੁੰਦੀ ਪਾਣੀ ਨਹੀਂ ਚਲਾਉਣੇ ਹੋਣਾ ਸੀ ਫੌਜੀ ਨੇ। ਓਹ ਹੋਲੀ ਕੀ ਹੋ ਗਿਆ, ਮੈਂ ਦੇਖ ਲਿਆ ਉਹ ਬਥੇਰਾ ਸੋਹਣਾ ਲੱਗਦਾ ਗਾ ਟੌਪ। ਹੈ ਪੁੱਛੋ ਨਾ ਜੀਜੂ, ਇਹਦੇ ਟੌਪ ਨੇ ਤਾਂ ਇੰਨਾ ਕਜ਼ੀਆ ਪਵਾਇਆ ਜਿਹਦੀ ਭੂਆ ਇੰਨਾ ਬੋਲਦੀ। ਉਹ ਅੱਛਾ, ਉਹ ਕੀ ਕਹਿੰਦੀ ਭੂਆ ਤੇਰੀ? ਕਹਿੰਦੀ ਆਪ ਤਾਂ ਆਪ ਆ ਲੈਂਦੀ ਆ, ਇਹ ਸੂਟ ਪਾਉਂਦੀ ਆ, ਇਹਦੇ ਕਰਕੇ ਮੈਨੂੰ ਵੀ ਸੁਣਨਾ ਪਿਆ। ਉਹ ਚੱਲ ਕੋਈ ਨਾ, ਹੁਣ ਇੱਥੇ ਬਾਹਲੇ ਲੋਕ ਦੇਖਦੇ ਨੇ, ਆਪਾਂ ਚੱਲਦੇ ਹਾਂ ਉੱਧਰ, ਉੱਧਰ ਗੱਲਬਾਤ ਕਰਦੇ। ਉਹ ਚੱਲ ਜਿੰਮੀ ਤੋੜ ਲਾ ਮੋਟਰਸਾਈਕਲ। ਹਾਂ ਉਹ ਤੂੰ ਮੋਟਰਸਾਈਕਲ ਕੀ ਆਣਿਆ? ਉਹ ਚੱਲ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ। ਨਹੀਂ ਨਹੀਂ ਤੁਸੀਂ ਬਹਿ ਜਾਓ, ਕੋਈ ਦੇਖ ਲੂਗਾ। ਇਕੱਲਾ ਜਾਊਂਗਾ ਹੁਣ ਤੂੰ। ਚੱਲ ਯਾਰ ਤੂੰ ਨਾ ਮੈਨੂੰ ਕੁਝ ਕਰਨ ਦੇ, ਚੱਲ ਚੱਲ। ਨਹੀਂ ਵਧੀਆ ਕੀਤਾ ਨਹੀਂ, ਤੈਨੂੰ ਲਾਂਭੇ ਦਿੰਦਾ ਰਹਿੰਦਾ ਤੇਰੇ ਵਾਲਾ, ਮੈਂ ਪਹਿਲਾਂ ਆਉਣਾ ਮੈਂ ਪਹਿਲਾਂ। ਉਹੀ ਤਾਂ ਹੈਗਾ, ਅੱਜ ਆਪਣਾ ਪਹਿਲਾਂ ਮੇਰੀ ਗੱਲ ਸੁਣੂ, ਇੱਕ ਵਾਰ ਫੋਨ ਕਰਕੇ ਪੁੱਛ ਲੈ। ਦੇਖੀ ਮੈਂ ਮੇਰੀ ਭੂਆ ਨੂੰ ਕਿਹਾ ਸੀਗਾ ਮੈਨੂੰ ਫੋਨ ਲੈ ਕੇ ਦੇ ਦੇ, ਕਹਿੰਦੀ ਮੈਂ ਤੈਨੂੰ ਫੋਨ ਫਾਨ ਨਹੀਂ ਲੈ ਕੇ ਦਿੰਦੀ ਜਿੰਨਾ ਟਾਈਮ। ਪਤਾ ਤਾਂ ਹੈਗਾ ਉਹਦੇ ਸਵਾਲ, ਤੈਨੂੰ ਕਿਤੇ ਸੋਹਣੇ ਨਾ ਲੈ ਦੇ ਉਹ ਆਈਫੋਨ। ਮੈਂ ਤਾਂ ਛੋਟੇ ਜਿਹੇ ਫੋਨ ਨਾਲ ਨੰਬਰ ਦੇ ਕੇ ਪਛਤਾ ਰਹੀ ਹਾਂ, ਕਿਤੇ ਫੋਨ ਵੀ ਨਾ ਲਾ ਲੈ। ਮੈਂ ਗੱਲ ਕਿੱਥੇ ਕਰਦੀ ਹਾਂ, ਕਿੱਥੇ ਕਰਦੀ ਹਾਂ, ਜਦੋਂ ਮਾੜਾ ਮੋਟਾ ਨਹਾਉਂਦੀ ਇੱਧਰ ਉੱਧਰ ਕਿਤੇ ਜਾਂਦੀ ਫੇਰ ਕਰਦੀ ਹਾਂ। ਤਾਂ ਹੀ ਇੰਨਾ ਲੜਦਾ ਪੈਣੇ ਤੇਰੇ ਨਾਲ, ਤੂੰ ਗੱਲ ਨੀ ਕਰਦੀ ਗੱਲ ਨੀ ਕਰਦੀ ਲੇਟ ਆਉਣੀ। ਫਿਰ ਮੈਂ ਕੀ ਕਰਾਂ ਹੁਣ, ਇਹਨੇ ਕਿਤੇ ਭੂਆ ਨੂੰ ਦੇਖਿਆ ਨੀ ਨਾ ਹੈਗਾ, ਅੱਜ ਤਾਂ ਭੂਆ ਨੂੰ ਦੇਖੀ ਫਿਰ ਤੈਨੂੰ ਪਤਾ ਕੋਈ ਨਾ ਵਿਆਹ ਤੋਂ ਬਾਅਦ ਲੱਗ ਜਾ ਪਤਾ ਇਹਨੂੰ ਭੂਆ ਦਾ। ਹਾਏ ਤੇਰੇ ਮੂੰਹ ਚ ਕਿਉਂ ਚੱਕਰ ਆ, ਸਾਡਾ ਵਿਆਹ ਹੋ ਜੇ। ਕੋਈ ਨਾ ਹੋ ਜੂਗਾ, ਤੂੰ ਮੰਨ ਜੀ ਜਦੋਂ ਪਤਾ ਲੱਗ ਗਿਆ ਨਾ ਮੁੰਡਾ ਫੌਜੀ ਆ, ਤੂੰ ਮੰਨ ਲਈ ਤੇਰੀ ਭੂਆ ਦਾ। ਚੱਲ ਵਧੀਆ ਯਾਰ, ਆਹਦਾ ਹੋ ਜੇ ਤਾਂ ਬਾਲ ਹੀ ਵਧੀਆ ਹੋ ਜੇ। ਤੂੰ ਕੁਛ ਖਾਣ ਨੂੰ ਲੈ ਕੇ? ਮੈਂ ਕੁਛ ਨੀ ਖਾਣ ਨੂੰ ਲੈ ਕੇ, ਅੱਜ ਤਾਂ ਮੈਂ ਤੈਨੂੰ ਪਤਾ ਕਾਲੀ ਕਾਲੀ ਚ ਬਸ ਐਵੇਂ ਹੀ ਆ ਗਈ। ਆਪਣਾ ਮਾਸਟਰ ਨੀ ਜਿਹੜਾ ਫਿਜ਼ੀਕਲ ਵਾਲਾ, ਉਹ ਸਾਨੂੰ ਰੋਕ ਕੇ ਖੜ ਗਿਆ, ਕਹਿੰਦਾ ਖੇਡਾਂ ਕਰਾਉਣੀਆਂ ਨੇ ਕਾਲਜ ਚ ਗਰਾਊਂਡ ਮਿਣ ਕੇ ਜਾਇਓ। ਮੈਂ ਹੁਣ ਉਹਨੂੰ ਕੀ ਦੱਸੀਏ ਵੀ ਸਾਡਾ ਤਾਂ ਆਪਦਾ ਗਰਾਊਂਡ ਹੋਇਆ ਪਿਆ। ਉਹ ਤੈਨੂੰ ਪਤਾ ਹੀ, ਹੁਣ ਤੂੰ ਇੱਕ ਕੰਮ ਕਰ ਮੇਰਾ, ਮਾੜਾ ਜਾ ਉੱਥੇ ਜੇ ਬਹਿ ਜਾ ਤੂੰ। ਤੁਸੀਂ ਗੱਲਾਂ ਮਾਰੋ, ਕੋਈ ਗੱਲ ਨਹੀਂ, ਉਹ ਬਹਿ ਜਾ ਜਿੱਥੇ ਮਰਜ਼ੀ ਬਹਿ ਜਾ। ਹੋਰ ਸੁਣਾ ਪਾਲੀ, ਠੀਕ ਠਾਕ ਹੈ? ਹਾਂ ਵਧੀਆ ਠੀਕ ਆ। ਦੇਖੀ ਮੇਰੀ ਫਰੈਂਡ ਕਿੰਨੀ ਵਧੀਆ ਹਨਾ। ਓਏ ਆਹੋ ਬਥੇਰੀ ਵਧੀਆ ਹੈਗੀ, ਨਾਲੇ ਉਹੀ ਨਾ ਤੂੰ ਕਿਸੇ ਦੀਆਂ ਗੱਲਾਂ 'ਚ ਆਇਆ ਕਰ। ਚੰਗਾ ਕੀ ਕਹਿੰਦੀ ਸੀ ਭੂਆ ਤੈਨੂੰ? ਮੇਰੀ ਭੂਆ? ਹਾਂ ਮੇਰੀ ਭੂਆ ਤਾਂ ਬਸ ਕੁਛ ਨਹੀਂ ਕਹਿੰਦੀ ਸੀ, ਮੈਨੂੰ ਕੁਛ ਨਹੀਂ ਕਿਹਾ ਭੂਆ ਨੇ। ਓਏ ਆ ਕਹੀ ਦਾ ਜਾਂਦੀ ਸੀਗੀ ਤੇਰੀ ਸਹੇਲੀ, ਕਹਿੰਦੀ ਵੀ ਭੂਆ ਲੜਦੀ ਸੀਗੀ। ਉਹ ਤਾਂ ਬਸ ਇਹਦੇ ਕਰਕੇ, ਉਹ ਮੈਨੂੰ ਐਂ ਕਹਿੰਦੀ ਸੀ, ਸਲਵਾਰ ਸੂਟ ਸੋਹਣੇ ਲੱਗਦੇ ਨੇ ਤਾਂ ਕਰਕੇ ਕਹਿੰਦੀ ਸੀ। ਚੱਲ ਅੱਜ ਦਿਨ ਮੈਂ ਪਾਈ, ਤੇਰਾ ਚੌਕ ਪੂਰਾ ਹੋ ਗਿਆ, ਇੱਕ ਵਾਰ ਨਹੀਂ ਮੈਂ ਪਾ ਕੇ ਆਉਂਦੀ। ਉਹ ਕੋਈ ਨਹੀਂ, ਉਹ ਵਿਆਹ ਤੋਂ ਬਾਅਦ ਤੈਨੂੰ ਬਥੇਰੇ ਸਲਵਾਰ ਸੂਟ, ਬਥੇਰਾ ਜਿਹੜਾ ਤੂੰ ਕਹੇਂਗੀ ਉਹ ਚੀਜ਼ਾਂ ਲੈ ਕੇ ਦੇ ਦੂੰਗਾ। ਕੀ ਆ ਹੁਣ ਬੁੱਕਲ ਚ ਬਹਿਣਾ ਆ, ਉਧਰ ਹੋ ਕੇ ਬਹਿ ਜਾ, ਲਵੇ ਲਵੇ ਹੋਈ ਜਾਣਾ ਗਾ। ਕੀ ਹੋ ਗਿਆ ਤੈਨੂੰ? ਇਹ ਤੇਰੀ ਫਰੈਂਡ ਕਿੰਨੀ ਵਧੀਆ, ਉਹ ਦੇਖ ਫੌਜੀ ਦੇ ਹੋ ਕਿਵੇਂ ਬੈਠੇ ਨੇ। ਤੇ ਤੂੰ ਵਾ, ਉਹ ਹੈ ਵੀ ਫੌਜੀ ਆ, ਤੇ ਤੂੰ ਦੇਖ ਲੈ ਬੇਲਾ ਨਕਮਾ। ਬੇਲਾ ਬੁੱਲਾ ਨਾ ਆਖੀ, ਪਤਾ ਜ਼ਮੀਨ ਕਿੰਨੀ ਹੁੰਦੀ ਆ ਮੈਨੂੰ? ਕਿੰਨੀ ਹੁੰਦੀ? 12 ਕਿੱਲੇ ਹੁੰਦੇ ਨੇ, ਉਹ ਵੀ ਛੋਟੇ ਸਿਰ ਵਰਗੇ ਨੇ।
ਉਹ ਮੇਰੀ ਇੱਕ ਗੱਲ ਹੋਰ ਸੁਣ, ਹੁਣ ਭੂਆ ਨੂੰ ਕਹਿ ਕੇ ਵਿਆਹ ਦੀ ਗੱਲ ਕਰ ਲਾ, ਉਹ ਬਥੇਰਾ ਟਾਈਮ ਹੋ ਗਿਆ ਆਪਾਂ ਨੂੰ ਐਂ ਤੁਰੇ ਫਿਰਦਿਆਂ ਨੂੰ। ਓਹੋ ਜੀ, ਮੇਰਾ ਕਿਹੜਾ ਦਿਲ ਨੀ ਕਰਦਾ, ਮੈਂ ਕਿਹੜੇ ਮੂੰਹ ਨਾਲ ਗੱਲ ਕਰ ਲਾਂ, ਪਤਾ ਕਿੰਨੀ ਭੈੜੀ ਹੈ, ਜੇ ਘਰੇ ਮੰਮੀ ਹੋਰਾਂ ਨੂੰ ਦੱਸਦਾ ਨਾ ਨਾਲ ਤਾਂ ਮੈਨੂੰ ਪੜ੍ਹਨੋਂ ਹਟਾ ਲੈਣਗੇ, ਜਿਹੜਾ ਮਾੜਾ ਮੋਟਾ ਮਿਲਦਿਆਂ ਉਹ ਵੀ ਜਾਊਗਾ। ਉਹ ਤੂੰ ਮਾੜੇ ਮੋਟੇ ਦੀ ਗੱਲ ਛੱਡ, ਓਏ ਆਪਾਂ ਇੱਕ ਹੋਣਾ, ਓਏ ਆਪਾਂ ਵਿਆਹ ਕਰਵਾਉਣਾ ਗਾ, ਉਹ ਘਰੇ ਤਾਂ ਫਿਰ ਵੀ ਪਤਾ ਲੱਗੂਗਾ, ਉਹ ਨਾਲੇ ਆ ਮੈਂ ਤੇਰੇ ਮਾਰੇ ਨੇ ਕਾਲਜ 'ਚ ਦਾਖਲਾ ਲਿਆ ਗਾ, ਆ ਰਹਿੰਦਾ ਖੁੰਦਾ ਜਮਜੂਤ ਜਾ ਇੱਕ ਮੇਰੇ ਨਾਲ ਆਉਂਦਾ ਗਾ, ਉਹ ਕਿਤੇ ਕੁਛ ਕਹਿੰਦਾ ਕਿਤੇ ਕੁਛ ਕਹਿੰਦਾ ਗਾ, ਉਹ ਮੈਂ ਅਫਸਰ ਬੰਦਾ, ਮੈਨੂੰ 100 ਤਰ੍ਹਾਂ ਦੇ ਦੇਖਣੀ ਪੈਂਦੀ ਆ ਗੱਲਬਾਤ, ਹੁਣ ਮੈਂ 6 ਮਹੀਨਿਆਂ ਬਾਅਦ ਤੁਰ ਜਾਣਾ ਗਾ, ਫਿਰ ਦੁਬਾਰੇ ਮੈਂ ਕੀ ਕਰੂੰਗਾ। ਫਿਰ ਮੈਂ ਕਿਵੇਂ ਗੱਲ ਕਰਾਂ ਜੀ, ਮੇਰੀ ਤਾਂ ਹਿੰਮਤ ਹੀ ਨਹੀਂ ਪੈਂਦੀ, ਉਹ ਤਾਂ ਬਾਲੀ ਭੈੜੀ ਹੈ, ਤੁਸੀਂ ਪੁੱਛ ਕੇ ਦੇਖਿਓ ਮੇਰੀ ਫਰੈਂਡ ਤੋਂ। ਉਹ ਮੈਂ ਹੁਣ ਫਰੈਂਡ ਨੂੰ ਕੀ ਪੁੱਛਾਂ, ਵਿਆਹ ਤੇਰੇ ਨਾਲ ਕਰਾਉਣਾ ਕਿ ਉਹਦੇ ਨਾਲ ਕਰਾਉਣਾ ਗਾ, ਹੁਣ ਤੂੰ ਕਿਵੇਂ ਨਾ ਕਿਵੇਂ ਕਰਕੇ ਭੂਆ ਨਾਲ ਗੱਲ ਕਰੀ, ਇਹ ਤਾਂ ਗੱਲ ਕਰਨੀ ਪੈਣੀ ਆ ਤੈਨੂੰ। ਪਾਲੀ ਆ ਜਾ ਹੁਣ। ਲੈ ਇੱਕ ਇਹ ਨਹੀਂ ਗੱਲ ਕਰਨ ਦਿੰਦੀ, ਨਾਲੇ ਮੇਰੀ ਗੱਲ ਹੋਰ ਸੁਣ, ਆ ਤੇਰੇ ਵਾਸਤੇ ਨਾ ਮੈਂ ਆਇਆ ਸੀ, ਉਹ ਨਿਕਲ ਜਾਣਾ ਕਿੱਥੇ ਆ, ਇਹ ਆ ਬਥੇਰੀਆਂ ਆ ਮਿਲਕਲੀਆਂ ਗੋਲੀਆਂ ਨੇ ਤੇ ਆ ਟੌਫੀਆਂ ਜੀਆਂ ਨੇ, ਖਾ ਲਿਆ ਕਰੀ ਜਦੋਂ ਤੇਰਾ ਟੈਨਸ਼ਨ ਜੀ ਪਿਆ ਕਰੇ ਦਿਮਾਗ ਤੇ ਤੇਰੇ। ਚੰਗਾ ਚਲੋ ਚੱਲਦੇ ਆਪਾਂ ਸਾਰੀ ਇਕੱਠੀ ਚੱਲਦੇ। ਉਹ 5 ਮਿੰਟ ਲੈ ਕੇ ਬਹਿ ਜਾਂਦਾ ਹੋਰ, ਤੈਨੂੰ ਨੀ ਪਤਾ ਭਾਈ ਕੌੜ ਤੁੰਬੇ ਵਰਗੀ ਐਡਾ ਕੌੜਾ ਬਾਉਲਦੀ ਆ, ਇਹਦਾ ਬੈਠਣ ਨੂੰ ਪੰਦਾ ਮਾਰਦੇ ਆ, ਇਹਦੇ ਕੋਲੇ ਬੈਠੇ ਨੂੰ ਬੰਦੇ ਮਾਰਨ ਦੀ ਛੱਡ, ਮੇਰੀ ਤਾਂ ਅੱਧ ਵਿਚਾਲੀ ਗੱਲ ਰਹਿ ਗਈ, ਚੱਲ ਆ ਜਾ ਹੁਣ। ਬੂਮਾ ਮਰ ਜਾ, 3 ਵੱਜ ਗਏ ਹਜੇ ਤੱਕ ਨੀ ਕੁੜੀਆਂ ਜੀ ਆਈਆਂ, ਮੈਨੂੰ ਤਾਂ ਨਾ ਫਿਕਰ ਲੱਗਿਆ ਪਿਆਗਾ, ਕੋਈ ਗੱਲ ਨੀ ਵੀ ਮੈਂ ਜੋ ਪੁੱਛੂ ਤਾਂ ਸਹੀ ਉਹਨਾਂ ਨੂੰ ਆਈਆਂ ਨੂੰ ਵੀ ਤੁਸੀਂ ਇੰਨਾ ਚਿਰ ਅੱਧਾ ਘੰਟਾ ਲੇਟ ਕਿਵੇਂ ਹੋਈਆਂ ਕਿਵੇਂ ਨਾ ਹੋਈਆਂ, ਮੈਨੂੰ ਤਾਂ ਇਹਦਾ ਪਤਾ ਕਰਨਾ ਹੀ ਪਊਗਾ, ਕੋਈ ਗੱਲ ਨੀ ਕੱਲ ਨੂੰ ਮੈਂ ਮਗਰ ਜਾਊਂਗੀ। ਆ ਗਏ ਤੁਸੀਂ? ਹਾਂਜੀ ਭੂਆ ਜੀ ਆ ਗਏ। ਨਾ ਤੁਸੀਂ ਤਾੜੀਆਂ ਪਾਉਂਦੀ ਆਉਣੀ ਹੋ, ਹੱਸਦੀ ਆਉਣੀ ਹੋ, ਮੇਰੀ ਜਾਨ ਨੂੰ ਬਣੀ ਪਈ ਆ ਵੀ ਤੁਸੀਂ ਅੱਜ 3 ਕਿਉਂ ਵਜਾਏ ਨੇ ਪਹਿਲਾਂ ਮੈਨੂੰ ਆ ਦੱਸੋ। ਮਾਸੀ ਕੁਛ ਖਾਣ ਲੱਗ ਗਏ ਸੀ ਅਸੀਂ, ਹਾਂ ਭੁੱਖ ਲੱਗੀ ਪਈ ਸੀ ਤਾਂ ਸਵੇਰੇ 2 ਪਰੌਂਠੇ ਖਾ ਗਏ ਸੀ, ਮੈਂ ਭੁੱਖੀ ਸੀ। ਨਾ ਕਿੱਡੀ ਕੁ ਵੱਡੀ ਗੱਲ ਸੀ, ਘਰੇ ਆ ਕੇ ਝੋਸਲਾਂ ਦੀ ਖਾ ਲਾਂਦੀ ਭਾਈ ਤੂੰ। ਇਹਨੂੰ ਰਾਸਤੇ 'ਚ ਜ਼ਿਆਦਾ ਭੁੱਖ ਲੱਗੀ ਸੀ, ਕਹਿੰਦੀ ਚੱਕਰ ਆਈ ਜਾਂਦੇ ਨੇ, ਕਹਿੰਦੀ ਮੈਨੂੰ ਤੂੰ ਸਾਡੀਆਂ ਕਲਾਸਾਂ ਵੱਧ ਸੀ ਨਾ, ਇਹਨੇ ਸਬਜੈਕਟ ਵੱਧ ਲੈ ਰੱਖੇ ਨੇ। ਹਾਂਜੀ ਉਹ ਜਾਣਦੇ ਚੁੱਪ ਕਰ ਜਾ ਤੂੰ, ਜਾ ਵਗ ਜਾ ਘਰ ਨੂੰ, ਵਗ ਜਾ ਤੇਰੀ ਵੀ ਮਾਂ ਡੀਕਦੀ ਹੋਊਗੀ। ਕੋਈ ਐ ਤਾਂ ਨਾ ਬੋਲਿਆ ਕਰੋ, ਜ਼ਿਆਦਾ ਪੱਖ ਜਾ ਲੈਣੀ ਆ ਤੂੰ ਵੀ। ਚੱਲ ਕੋਈ ਨਾ ਪਹਿਲੇ ਸਵੇਰੇ ਟਾਈਮ ਨਾਲ ਤਿਆਰ ਹੋ ਜਾ, ਤੇ ਤੂੰ ਆਥਨੇ ਆ ਜੀ ਮੜਾ ਜਾ। ਹਾਂ 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 ਵਗ ਜਾ ਕੋਈ ਐ ਥੋੜੀ ਨਾ ਕਰੀਦਾ ਹੁੰਦਾ, ਉਹਦੀ ਬੇਇੱਜ਼ਤੀ ਕਰਤੀ ਵਿਚਾਰੀ ਦੀ। ਨਹੀਂ ਹੋ ਜਾਣਦੇ ਬੇਇੱਜ਼ਤੀ, ਮੈਂ ਇਹ ਬੇਤੀਆਂ ਨੂੰ ਕੋਈ ਗੌਲਦੀ ਨਹੀਂ ਹੈਗੀ, ਦੱਸ ਫਿਰ ਮੇਰਾ ਕੀ ਕਰ ਲੂਗੀ ਇਹ, ਮੈਂ ਤਾਂ ਚੰਗੀ ਗੱਲ ਹੀ ਕਹਿਣੀ ਆ, ਤੈਨੂੰ ਕੀ ਪਤਾ ਅੱਗੇ ਤੂੰ ਕਦੇ 2 ਵਜੇ ਆ ਗਈ ਕਦੇ 2:30 ਵਜੇ ਆ ਗਈ, ਅੱਜ ਤਾਂ ਪੂਰਾ 3 ਵਜਾ ਤੇ 3। ਚਲ ਭਾਈ ਐਂ ਦੱਸੋ ਖਾਣ ਨੂੰ ਕੀ ਬਣਾਇਆ ਗਿਆ ਫਿਰ? ਖਾਣ ਨੂੰ ਭਾਲਦੀਆਂ ਤੂੰ ਹਜੇ, ਚੁੱਸ ਕੇ ਨਹੀਂ ਆਈ, ਨਾਲੇ ਕਹਿੰਦੇ ਸੀ ਵੇੜੀ ਚ ਖਾ ਕੇ ਆਇਆ। ਅਸ ਤੇ ਖਾ ਕੇ ਆਇਆ, ਚਲੋ ਠੀਕ ਐ ਮੈਂ ਹੁਣ ਰੈਸਟ ਕਰ ਲਾਂ ਫਿਰ ਥੋੜਾ ਟਾਈਮ। ਰੈਸਟ ਕਰਨ ਨੂੰ ਮਾਰ ਲਈ, ਆ ਚਾਦਰ ਧੋ ਦੇ, ਤੜਕੇ ਦੀ ਭੌਂਤੀ ਪਈ ਆ, ਪਤਾ ਮੈਂ ਤਾਂ ਘਰ ਦੇ ਕੰਮ ਹੋਰ ਹੀ ਲੋਟ ਮਸ ਆਏ ਨੇ, ਚਾਦਰ ਧੋ ਕੇ ਫੇਰ ਕਰ ਲਈ ਰੈਸਟ ਉੱਠ ਆਪਦੀ ਨਾਲੇ। ਆ ਪਰਸ ਅੰਦਰ ਲੈ ਜਾ। ਲੈ ਜਾਊਂਗੀ। ਕੋਈ ਚਾਦਰ ਤਾਂ ਧੋ ਦਿੰਦੇ ਦੇਖੀ ਨਾ, ਭੂਆ ਨੂੰ ਕੋਈ ਕੰਮ ਹੀ ਨਹੀਂ, ਭੂਆ ਚਾਦਰਾਂ ਧੋਣ ਤੇ ਵਿਹਲੀ ਹੈਗੀ ਹੈ, ਨਾਲ ਤਾਂ ਮੈਂ ਭਾਂਡੇ ਮਾਂਜੇ ਤੇ ਨਾਲੇ ਮੈਂ ਸਾਰੇ ਪੋਚੇ ਲਾਏ, ਆ ਕੱਪੜੇ ਧੋਤੇ ਨੇ, ਮੈਥੋਂ ਇੱਕ ਚਾਦਰ ਨਹੀਂ ਧੋਤੀ ਗਈ ਭਾਈ, ਭੂਆ ਦੇ ਧਾਗੇ ਗੋਡੇ ਅੱਗ ਲੱਗਦੇ ਦੁੱਖ ਦੇਣਗੇ, ਭਾਲਦੀ ਆ ਭੂਆ ਤਾਂ ਚਾਦਰਾਂ। ਨਾਲੇ ਤਾਂ ਭੂਆ ਹੀ ਤੂੰ ਡਾਕਟਰ ਆ। ਉਹ ਡਾਕਟਰਾਂ ਮੈਥੋਂ ਆਪਦੀ ਡਾਕਟਰ ਨਹੀਂ ਨਾ ਹੁੰਦੀ, ਲੋਕਾਂ ਦੇ ਭਲੇ ਫਾਇਦੇ ਕਰਦਾ ਨਹੀਂ ਆ ਮੈਂ, ਆਪਦੇ ਅੰਗ ਦੱਸ ਮੈਂ ਕਿਵੇਂ ਦੱਬਾਂ ਕਿਵੇਂ ਕਰਾਂ ਦੱਸ, ਤੈ ਤਾਂ ਕਹਿਤਾ ਵੀ ਆਪ ਡਾਕਟਰ ਹੈ। ਚੱਲ ਭੂਆ ਹੀ ਪਰਸ ਅੰਦਰ ਲੈ ਲੈ, ਚੰਗੀ ਤਰ੍ਹਾਂ ਨਖੇੜਦੀ ਨਾਲੇ ਸਾਨੂੰ। ਹਾਂ ਹਾਂ ਹਾਂ, ਮੈਨੂੰ ਤਾਂ ਨੀ ਲੱਗਦਾ ਤੂੰ ਜਿਵੇਂ ਤੂੰ ਆ ਧੋ ਰਹੀ ਆ ਨਾ, ਇਹ ਚਾਦਰ ਤੂੰ ਨਖੇਰੇਂਗੀ? ਨਹੀਂ ਨਹੀਂ ਮੈਂ ਨਖੇਰੂੰਗੀ ਭੂਆ ਜੀ। ਚੱਲ ਚੰਗਾ, ਗੌਰ ਨਾਲ ਵਧੀਆ ਵਧੀਆ ਸਾਬਣ ਲਾ ਕੇ ਧੋ ਦੇ। ਠੀਕ ਹੈ, ਮੈਂ ਸਰਫ ਵਾਲਾ ਡੱਬਾ ਚੱਕ ਲਾਂ। ਕਿੰਨੀ ਭੈੜੀ ਹੈ, ਲੈ ਉਹ ਤਾਂ ਮੈਨੂੰ ਕਹਿੰਦਾ ਸੀ ਵਿਆਹ ਦੀ ਗੱਲ ਕਰ ਲਈ, ਇਹਦੇ ਨਾਲ ਤਾਂ ਵੈਸੇ ਹੀ ਗੱਲ ਕਰਨ ਤੋਂ ਡਰ ਲੱਗਦਾ। ਹਾਏ ਹੁਣ ਉਹ ਸੜੀ ਹਾਣ ਜੀ ਨੇ ਮੈਨੂੰ ਵੀ ਭੁੱਖੀ ਮਰਵਾਊ, ਕਹਿੰਦੀ ਬਾਹਰੋਂ ਕੁਛ ਖਾ ਕੇ ਆਇਆ, ਕੀ ਸਵਾਹ 7 ਚੁੱਲ੍ਹਿਆਂ ਦੀ ਖਾਧੀ ਹੈ, ਪਹਿਲਾਂ ਤਾਂ ਕੁਛ ਖਾਣੀ ਆ ਰਸੋਈ 'ਚ ਜਾ ਕੇ ਫਿਰ ਦੇਖਦੀ ਹਾਂ। ਕੁੜੀਏ ਮੈਂ ਉਹਨਾਂ ਦਾ ਜਾਇਆ ਮੈਂ ਤਾਰੇ ਕੇ ਘਰੇ, ਉਹਨਾਂ ਦੀ ਹਾਂ ਉਹਨਾਂ ਦੀ ਬੁੜੀ ਦਾ ਗੋਡਾ ਟੁੱਟ ਗਿਆ ਸੀ ਤੇ ਉਹਨਾਂ ਦਾ ਆ ਗਿਆ ਮੈਨੂੰ ਫੋਨ, ਤੇ ਮੈਂ ਮਾੜਾ ਜਾਇਆ ਮਾ ਤੇ ਆ ਮੇਰਾ ਟੈਲੀਫੋਨ ਘਰੇ ਪਿਆ ਹੈਗਾ, ਜੇ ਕੋਈ ਆ ਕਰਜੇ ਨਾ ਫੋਨ ਤਾਂ ਚੱਕ ਲਈ ਚੰਗਾ, ਲੈ ਉਹ ਤਾਂ ਉਹਨਾਂ ਦਾ ਗੋਡਾ ਲੋਟ ਕਰਨ ਗਈ ਹੋਈ ਹੈ ਆਉਣ ਵਾਲੀ ਆ। ਠੀਕ ਹੈ ਹਾਂ ਮੈਂ ਜਾਇਆ ਮਾ ਚੰਗਾ। ਠੀਕ ਹੈ ਜੀ, ਫਟਾਫਟ ਫੋਨ ਕਰਦੀ ਆ, ਉਸਾ ਤਾਂ ਮੌਕਾ ਮਿਲਦਾ।
ਹਾਏ ਭੂਆ ਕਿੱਥੇ ਰੱਖ ਗਈ, ਇੱਕ ਤਾਂ ਨਾ ਫੋਨ ਵੀ ਲੁਕੋ ਕੇ ਰੱਖਦੀ ਹੈਗੀ ਉਹ, ਮਾਲੀ ਭੇੜੀ ਆ। ਹਾਏ ਆ ਮਿਲ ਗਿਆ, ਫੋਨ ਨੂੰ ਦੇਖ ਕੇ ਤਾਂ ਨਾ ਜਾਨ ਹੀ ਪੈ ਜਾਂਦੀ ਹੈ, ਮੇਰੇ ਕੋਲ ਵੀ ਆਪਦਾ ਫੋਨ ਪਤਾ ਨੀ ਕਦੋਂ ਹੋ। ਹੈਲੋ, ਹਾਂਜੀ ਘਰੇ ਪਹੁੰਚ ਗਏ? ਕਿਉਂ? ਅੱਛਾ ਨਹੀਂ, ਅਸੀਂ ਤਾਂ ਪਹੁੰਚ ਗਈਆਂ ਸੀ, ਪਤਾ ਅੱਜ ਪੂਰਾ ਅੱਧਾ ਘੰਟਾ ਲੇਟ ਹੋ ਗਿਆ ਸੀ, ਤੇ ਭੂਆ ਆਉਂਦੀ ਨੂੰ ਉਹ ਵੀ ਲਾਲ ਪੀਲੀ ਹੋਈ ਬੈਠੀ ਸੀ। ਨਹੀਂ ਨਹੀਂ ਹੁਣ ਤਾਂ ਉਹ ਗਈ ਵੀ ਆ ਗੁਆਂਢੀਆਂ ਦੇ। ਹਾਂ ਨਾਲੇ ਮੇਰੀ ਗੱਲ ਸੁਣ, ਜੇ ਮੈਂ ਫੋਨ ਕੱਟ ਤਾ ਨਾ ਦੁਬਾਰਾ ਲਾਈ ਨਾ, ਠੀਕ ਹੈ? ਹਾਂ ਨਹੀਂ ਕੋਈ ਗੱਲ ਨੀ, ਮੈਂ ਗੱਲ ਕਰਨ ਦੀ ਕੋਸ਼ਿਸ਼ ਕਰੂੰਗੀ ਪਰ ਇੰਨੀ ਛੇਤੀ ਨੀ ਮੈਂ ਕਰ ਸਕਦੀ, ਥੋੜਾ ਟਾਈਮ ਦੇ। ਹਾਂ ਮੈਂ ਠੀਕ ਹਾਂ। ਨਹੀਂ ਮੈਂ ਲਿਆ ਕੇ ਅੰਦਰ ਰੱਖਦੀ ਸੀ, ਹਜੇ ਖਾਊਂਗੀ। ਠੀਕ ਹੈ ਚੱਲ ਮੈਂ ਫਿਰ ਕਰਦੀ ਹਾਂ, ਠੀਕ ਹੈ ਇੱਕ ਵਾਰ ਦੇਖ ਕੇ, ਮੈਨੂੰ ਤਾਂ ਬਹੁਤ ਡਰ ਲੱਗਦਾ। ਹਾਂ ਹਾਂ ਚੱਲ ਠੀਕ ਹੈ, ਨਹੀਂ ਡਰਦੀ, ਠੀਕ ਹੈ। ਨੰਬਰ ਡਿਲੀਟ ਹੀ ਕਰਦਾ। ਹੈਲੋ, ਸਤਿ ਸ਼੍ਰੀ ਅਕਾਲ ਭਾਈ। ਅੱਛਾ ਆਏ ਕਿਵੇਂ ਡਿੱਗ ਪਈ? ਅੱਛਾ ਚੱਲ ਕੋਈ ਨਾ, ਫਿਰ ਤੜਕੇ ਆ ਲੈ ਆਇਓ ਮੇਰੇ ਕੋਲ ਤੁਸੀਂ ਹੁਣ। ਨਾ ਭਾਈ ਹੁਣ ਤਾਂ ਨੀ ਮੈਂ ਆ ਸਕਦੀ, ਅੱਧੀ ਰਾਤ 11 ਵਜੇ ਪੈ ਰਾਤ ਦੇ ਪਤਾ। ਕੋਈ ਨਾ ਧਰਦੇ ਧਰਦੇ ਜਦੋਂ ਖਾ ਲੂੰਗੀ ਮੈਂ ਆਪੇ, ਜਾ ਵਗ ਜਾ। ਮੈਂ ਮਾੜੀ ਜੀ ਫੋਨ ਕਰ ਲਾ, ਇੱਕ ਮਿੰਟ ਰੁਕ ਜਾ ਤੂੰ ਮੇਰੇ ਕੋਲ, ਮੈਂ ਤੈਨੂੰ ਕੰਮ ਕਹਿਣਾ ਕੋਈ ਮਾੜਾ ਜਿਹਾ, ਰੁਕ ਜਾ 2 ਮਿੰਟ। ਫਿਰ ਤੁਸੀਂ ਐਂ ਕਰਿਓ ਭਾਈ, ਹੁਣ ਤਾਂ ਦੇਖ ਅੱਧੀ ਰਾਤ ਦਾ ਟਾਈਮ ਹੈ ਨਾ, ਮੈਂ ਨੀ ਕਵੇਲੇ ਜਾਂਦੀ, ਤੈਨੂੰ ਪਤਾ ਹੀ ਅੱਜ ਕੱਲ੍ਹ ਭਾਈ ਟਾਈਮ ਮਾੜੇ ਨੇ, ਤੇ ਤੜਕੇ ਆ ਜਾਓ ਮੇਰੇ ਕੋਲ ਬਸ ਆਹੀ 10 ਵਜੇ। ਹਾਂ ਹਾਂ ਚੱਲ ਕੋਈ ਨਾ, ਇੰਨੇ ਤਾਂ ਕੋਈ ਡਾਕਟਰ ਤੋਂ ਗੋਲੀ ਗੋਲੀ ਦੇ ਦਿਓ ਦਰਦ ਦੀ, ਹਾਂ ਰਾਤ ਨਿਕਲ ਜੂਗੀ। ਨਾ ਭਾਈ ਮੈਂ ਨੀ ਕਦੇ ਕਿਸੇ ਦੇ ਰਾਤਾਂ ਰੁੱਤਾਂ ਨੂੰ ਘਰੇ ਗਈ, ਹਾਂ ਦਿਨੇ ਦਿਨ ਤਾਂ ਮੈਂ ਮਰੀਜ਼ ਬਥੇਰੇ ਦੇਖ ਲੈਣੀ ਆ, ਦਿਨ ਤਾਂ ਮੈਂ ਤੁਹਾਡੇ ਘਰੇ ਵੀ ਆ ਸਕਦੀ ਸੀ, ਪਰ ਤੁਸੀਂ ਤੜਕੇ ਆ ਜਾਓ, ਮੈਨੂੰ ਜ਼ਰੂਰੀ ਕੰਮ ਹੈਗਾ, ਫਿਰ ਮੈਂ ਜਾਣਾ ਗਾ 10 ਵਜੇ ਤੱਕ ਡੀਕੂ, ਉਦੋਂ ਬਾਅਦ ਵਿੱਚ ਮੈਂ ਨੀ ਤੁਹਾਨੂੰ ਮਿਲਦੀ। ਹਾਂ ਹਾਂ ਚੱਲ ਬਸ ਠੀਕ ਹੈ, ਠੀਕ ਹੈ ਭਾਈ, ਮੈਂ ਤਾਂ ਸਿਰ ਵਾਲਾ ਦੁਖ ਜਾਂਦਾ ਇੱਕ ਅੱਜ, ਕੱਟਦੀ ਹਾਂ ਮੈਂ। ਨਹੀਂ ਪਤਾ ਕੀ ਇੱਥੇ ਬਾਹਲੀ ਗਰਮੀ ਚ ਆਈ ਜਾਂਦੀ, ਉੱਥੇ ਠੰਡੀ ਹਵਾ ਆਉਂਦੀ, ਮੈਨੂੰ ਐ ਮੈਂ ਉੱਥੇ ਬਾਹਰੇ ਪੈ ਜਾਂਦੀ ਆ। ਮੇਰੀ ਗੱਲ ਸੁਣ ਲੈ, ਕੱਪੜੇ ਬਦਲ ਕੇ ਆਪਦੇ ਸੂਟ ਪਾ ਕੇ ਆਪਦਾ ਮੇਰੇ ਕੋਲੇ ਪੈ, ਨਾਲੇ ਮੈਨੂੰ ਨੀ ਤੇਰੇ ਬਿਨਾਂ ਨੀਂਦ ਆਉਂਦੀ ਭਾਈ। ਮੈਂ ਕਹਿੰਦੀ ਸੀ ਅੱਜ ਮੈਂ ਦੀਪ ਨੂੰ ਬੁਲਾ ਕੇ ਅਸੀਂ ਦੋਨੇ ਉੱਥੇ ਪੈ ਜਾਂਦੀ ਆ। ਨਹੀਂ ਨਹੀਂ ਮੈਂ ਨਹੀਂ ਕਿਸੇ ਬਗਾਨੀ ਕੁੜੀ ਨੂੰ ਘਰੇ ਪੈਂਦੀ, ਉਹਦੀ ਮਾਂ ਹੁਣ ਦੇ ਦੂਗੀ ਪਹਿਲਾਂ ਦੱਸ। ਠੀਕ ਹੈ ਚਲੋ ਖਿਚੜੀ ਕੋਈ ਨਾ ਮੈਂ ਖਾ ਲੂੰਗੀ ਮੈਂ ਆ ਗਈ। ਠੀਕ ਹੈ ਮੈਨੂੰ ਚਾਰਜ ਲਾਇਆ ਲਾਇਆ ਚਾਰਜ, ਨਾਲੇ ਆ ਜਾ ਪੈ ਜਾ ਭਾਈ ਆ ਕੇ, ਫਿਰ ਮੈਨੂੰ ਨੀਂਦ ਆ ਜੂਗੀ, ਫਿਰ ਕਹਿੰਦੇ ਨੇ ਭੂਆ ਸੌਂਗੀ, ਭੂਆ ਫਲਾਨਾ, ਆਏ 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 ਆਏ। ਹਜੇ ਤੱਕ ਕੁੜੀ ਦੇ ਕੰਮ ਨੀ ਨਿਕਲਦੇ ਭਾਈ, ਮੈਨੂੰ ਤਾਂ ਕਹਿੰਦੇ ਕਾਲਜ ਜਾਂਦੇ ਸੀ।